ਲੁਟੇਰਿਆਂ ਨੇ ਪਹਿਲਾਂ ਮੋਬਾਈਲ ਤੇ ਪੈਸੇ ਲੁੱਟੇ ਤੇ ਉਸ ਤੋਂ ਬਾਅਦ ਪਿਤਾ ਦੇ ਹੱਥੋਂ ਮਾਸੂਮ ਪੁੱਤ ਖੋ ਕੇ ਫਰਾਰ ਹੋ ਗਏ। ਉਸ ਨੂੰ ਅਗਵਾ ਕਰਕੇ ਭੱਜ ਜਾਂਦੇ ਨੇ। ਇਹ ਤਸਵੀਰਾਂ ਨੇ ਜਿਹੜੀਆਂ ਤਰਨਤਾਰਨ ਤੋਂ ਸਾਹਮਣੇ ਆ ਰਹੀਆਂ ਨੇ, ਜਿਸ ਤੋਂ ਬਾਅਦ ਪੁਲਿਸ ਵੀ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਆ। ਉਹਨਾਂ ਅਗਵਾਕਾਰਾਂ ਨੂੰ ਵੀ ਲੱਭਣ ਦਾ ਯਤਨ ਕੀਤਾ ਜਾ ਰਿਹਾ ਤੇ ਬੱਚੇ ਨੂੰ ਵੀ ਲੱਭਣ ਦੇ ਲਈ ਯਤਨ ਲਗਾਤਾਰ ਜਾਰੀ ਨੇ। ਇਸ ਘਟਨਾ ਦੇ ਬਾਰੇ ਇੱਕ ਸੀਸੀਟੀਵੀ ਵੀ ਸਾਹਮਣੇ ਆਈ ਹੈ, ਜਿਸ ਦੇ ਵਿੱਚ ਪਿਤਾ ਆਪਣੇ ਮਾਸੂਮ ਪੁੱਤ ਨੂੰ ਮੋਟਰਸਾਈਕਲ ਤੇ ਲੈ ਕੇ ਜਾਂਦਾ ਹੋਇਆ ਨਜ਼ਰ ਆ ਰਿਹਾ ਹੈ ਤੇ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ। 3 ਦੇ ਕਰੀਬ ਅਗਵਾਕਾਰਾਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ। ਪਹਿਲਾਂ ਪਿਤਾ ਨੂੰ ਲੁੱਟਿਆ, ਮੋਬਾਈਲ ਖੋਇਆ, ਪੈਸੇ ਖੋਏ ਤੇ ਉਸ ਤੋਂ ਬਾਅਦ ਮਾਸੂਮ ਬੱਚੇ ਨੂੰ 3 ਸਾਲ ਦੇ ਨੂੰ ਉੱਥੋਂ ਅਗਵਾ ਕਰਕੇ ਇਹ ਲੁਟੇਰੇ ਨੇ ਜਿਹੜੇ ਫਰਾਰ ਹੋ ਜਾਂਦੇ ਨੇ। ਗੱਡੀ ਸਵਾਰ ਲੁਟੇਰਿਆਂ ਦੇ ਵੱਲੋਂ ਇਸ ਘਟਨਾ ਨੂੰ ਅੰਜਾਮ ਦਿੱਤਾ ਗਿਆ। ਉਸ ਤੋਂ ਬਾਅਦ ਪਰਿਵਾਰ ਦੇ ਵਿੱਚ ਮਾਤਮ ਦਾ ਇੱਕ ਤਰ੍ਹਾਂ ਦਾ ਮਾਹੌਲ ਬਣਿਆ ਹੋਇਆ, ਪਰਿਵਾਰ ਰੋ ਰਿਹਾ, ਪਰਿਵਾਰ ਸਦਮੇ ਦੇ ਵਿੱਚ ਆਪਣੇ ਮਾਸੂਮ ਪੁੱਤ ਦੇ ਲਈ, ਕਿਉਂਕਿ ਲਾਡਾਂ ਨਾਲ ਪਾਲਿਆ ਹੋਇਆ ਪੁੱਤ ਅੱਖਾਂ ਸਾਹਮਣੇ ਹੀ ਲੁਟੇਰੇ ਨੇ ਜਿਹੜੇ ਅਗਵਾ ਕਰਕੇ ਲੈ ਜਾਂਦੇ ਨੇ। ਇਹ ਤਸਵੀਰਾਂ ਨੇ ਜਿਹੜੀਆਂ ਤਰਨ ਤਾਰਨ ਦੀਆਂ ਨੇ, ਜਿੱਥੇ ਕਿ ਕਸਬਾ ਡੇਰਾ ਸਾਹਿਬ ਦੇ ਵਿੱਚ ਇਹ ਘਟਨਾ ਵਾਪਰੀ ਆ ਅਤੇ ਪੁਲਿਸ ਇਸ ਮਾਮਲੇ ਦੀ ਗੰਭੀਰਤਾ ਦੇ ਨਾਲ ਜਾਂਚ ਕਰ ਰਹੀ ਹੈ ਅਤੇ ਪਰਿਵਾਰ ਇਨਸਾਫ ਦੀ ਮੰਗ ਕਰ ਰਿਹਾ। ਪਰਿਵਾਰ ਕਹਿ ਰਿਹਾ ਕਿ ਉਹਨਾਂ ਦੇ ਮਾਸੂਮ ਪੁੱਤ ਨੂੰ ਪੁਲਿਸ ਜਲਦੀ ਲੱਭ ਕੇ ਦੇਵੇ। ਸਾਡੇ ਨਾਲ ਇਸ ਖਬਰ ਦੀ ਜਾਣਕਾਰੀ ਦੇ ਲਈ ਰਿੰਪਲ ਗੋਲਨ ਵੀ ਜੁੜ ਚੁੱਕੇ ਨੇ ਤਰਨ ਤਾਰਨ ਤੋਂ। ਰਿੰਪਲ, ਤਾਜ਼ੀ ਜਾਣਕਾਰੀ ਕੀ ਆ, ਜਿਹੜਾ ਬੱਚਾ ਇਹ ਰਾਏ ਸਿਆਣਾ ਤੋਂ ਅਗਵਾ ਹੋਇਆ ਏ? ਪਹਿਲਾਂ ਤਾਂ ਕੁਲਦੀਪ ਮੈਂ ਦੱਸ ਦੇਵਾਂ ਕਿ ਕੁਝ ਟਾਈਮ ਪਹਿਲਾਂ ਵੀ ਇੱਕ ਅਜਿਹੀ ਘਟਨਾ ਵਾਪਰੀ ਸੀ ਜਿਹਦੇ ਵਿੱਚ ਕੁਝ ਕੁ ਲਾ ਲਓ ਵੀ ਮਹੀਨਿਆਂ ਦਾ ਬੱਚਾ ਜਿਹੜਾ ਪਹਿਲਾਂ ਵੀ ਅਗਵਾਹ ਕੀਤਾ ਗਿਆ ਸੀ। ਇਹ ਘਟਨਾ ਪਹਿਲਾਂ ਵੀ ਇਸ ਜ਼ਿਲ੍ਹੇ ਦੇ ਵਿੱਚ ਵਾਪਰ ਚੁੱਕੀ ਆ ਤੇ ਇਹ ਘਟਨਾ ਹੁਣ ਦੂਜੀ ਘਟਨਾ ਹੈ ਜਿਹੜੀ ਰੈਸ਼ੀਆਣਾ ਤੋਂ ਜਿਹੜਾ 3 ਸਾਲ ਦਾ ਬੱਚਾ ਆ ਜਿੱਥੇ ਉਹਦੇ ਪਿਤਾ ਤੋਂ ਜਿਹੜੀ ਆ ਖੋਹ ਕੀਤੀ ਜਾਂਦੀ ਹੈ ਉੱਥੇ ਹੀ ਬੱਚਾ ਵੀ ਅਗਵਾਹ ਕਰ ਲਿਆ ਜਾਂਦਾ ਹੈ ਜਿੱਥੇ ਪਰਿਵਾਰ ਦਾ ਜਿਹੜਾ ਰੋ ਰੋ ਕੇ ਬੁਰਾ ਹਾਲ ਆ। ਪਿਤਾ ਜਿਹੜਾ ਆ ਸਦਮੇ ਦੇ ਵਿੱਚ ਆ, ਮਾਂ ਵੀ ਸਦਮੇ 'ਚ ਆ, ਪੂਰਾ ਪਰਿਵਾਰ ਸਦਮੇ 'ਚ ਤੇ ਬਾਰ ਬਾਰ ਇਹੀ ਗੁਹਾਰ ਲਗਾ ਰਿਹਾ। ਕੋਈ ਵੀ ਅਧਿਕਾਰੀ ਆਉਂਦਾ ਹੈ ਤੇ ਕਹਿੰਦੇ ਨੇ ਵੀ ਸਾਨੂੰ ਸਾਡਾ ਬੱਚਾ ਲੈ ਦਿਓ, ਸਾਨੂੰ ਹੋਰ ਕੁਛ ਨਹੀਂ ਚਾਹੀਦਾ। ਜੀ ਜੀ ਰਿੰਪਲ, ਜਿਹੜੀ ਆਪਾਂ ਸੀਸੀਟੀਵੀ ਚਲਾ ਰਹੇ ਹਾਂ, ਬੱਚਾ ਨਜ਼ਰ ਆ ਰਿਹਾ, ਇਹ ਸੀਸੀਟੀਵੀ ਬਾਰੇ ਵੀ ਥੋੜ੍ਹਾ ਕਲੀਅਰ ਕਰ ਦਿਓ। ਇਹ ਸੀਸੀਟੀਵੀ ਇਸ ਤਰ੍ਹਾਂ ਹੈ ਵੀ ਅੰਗਰੇਜ਼ ਸਿੰਘ ਆਪਣੇ ਬੱਚੇ ਨੂੰ ਲੈ ਕੇ ਰੈਸ਼ੀਆਣਾ ਤੋਂ ਡੇਰਾ ਸਾਹਿਬ ਵੱਲ ਸੇਵਕਪੁਰੀ ਗੁਰਦੁਆਰਾ ਸਾਹਿਬ ਵਿਖੇ ਮੱਥਾ ਟੇਕਣ ਲਈ ਜਾ ਰਹੇ ਸੀਗੇ ਕਿ ਜਿੱਥੇ ਰਸਤੇ ਦੇ ਵਿੱਚ ਜਿਹੜੇ ਕਾਰ ਸਵਾਰ ਲਟੇਰੇ ਨੇ ਉਹ ਆਏ ਨੇ ਤੇ ਦਾਤਰ ਦੀ ਨੋਕ ਤੇ ਪਹਿਲਾਂ ਫੋਨ ਤੇ ਪੈਸੇ ਖੋਏ ਨੇ ਤੇ ਫਿਰ ਬੱਚੇ ਨੂੰ ਅਗਵਾਹ ਕਰ ਲਿਆ ਹੈ। ਇਹ ਘਟਨਾ 8 ਵਜੇ ਦੇ ਕਰੀਬ ਦੀ ਇਹ ਘਟਨਾ ਹੈ, ਪਰ ਪੁਲਿਸ ਨੂੰ ਹਾਲੇ ਤੱਕ ਜਿਹੜੇ ਪੁਲਿਸ ਦੇ ਹੱਥ ਆ ਉਹ ਖਾਲੀ ਨੇ। ਕੋਈ ਵੀ ਪਰਿਵਾਰ ਨੂੰ ਸਿਰਫ ਆਸਵਾਸ਼ਨ ਹੀ ਦਵਾ ਰਹੇ ਨੇ ਲਗਾਤਾਰ ਵੀ ਤੁਹਾਡਾ ਬੱਚਾ ਲੱਭ ਦੇਂਗੇ, ਪਰ ਜ਼ਮੀਨੀ ਹਕੀਕਤ ਇਹ ਆ ਵੀ ਪੁਲਿਸ ਅਜੇ ਅਗਵਾਹਕਾਰਾਂ ਦੀ ਜਿਹੜੀ ਆ ਪਹੁੰਚ ਤੋਂ ਪਾਸੇ ਆ, ਅਜੇ ਪਹੁੰਚ ਨਹੀਂ ਕੀਤੀ ਜਾ ਰਹੀ। ਕੋਈ ਜੇ ਆਪਾਂ ਗੱਲ ਕਰੀਏ ਤਾਂ ਇਹ ਟੈਕਨੀਕਲ ਸੋਰਸਾਂ ਦਾ ਵੀ ਸਹਾਰਾ ਲੈ ਸਕਦੇ ਆ, ਪਤਾ ਨਹੀਂ ਲਿਆ ਜਾ ਰਿਹਾ ਹੈ, ਪਰ ਹਾਲੇ ਤੱਕ ਪੁਲਿਸ ਦੇ ਹੱਥ ਖਾਲੀ ਆ। ਜੀ ਰਿੰਪਲ, ਇਲਾਕੇ ਦੇ ਵਿੱਚ ਕੋਈ ਸੀਸੀਟੀਵੀ ਕੈਮਰਾ ਨਹੀਂ ਜਿੱਥੇ ਘਟਨਾ ਵਾਪਰੀ ਹੈ ਜਾਂ ਜਿੱਧਰ ਨੂੰ ਲਟੇਰੇ ਭੱਜੇ ਨੇ, ਉਸ ਐਂਗਲ ਤੋਂ ਨਹੀਂ ਪੁਲਿਸ ਨੇ ਜਾਂਚ ਕੀਤੀ ਜਾਂ ਹਜੇ ਤੱਕ ਕੋਈ ਸੀਸੀਟੀਵੀ ਹੱਥ ਨਹੀਂ ਲੱਗੀ ਹੈਗੀ? ਕੁਲਦੀਪ ਜੀ, ਇਹ ਵੀ ਦੱਸਦੇ ਆ ਕਿ ਇੱਕ ਜਾਂਚ ਦਾ ਵਿਸ਼ਾ ਹੈ। ਪੁਲਿਸ ਬਸ ਇਹੀ ਕਹਿ ਰਹੀ ਆ ਜਦੋਂ ਵੀ ਕੋਈ ਮੰਨ ਲਓ ਕੋਈ ਉਹਨਾਂ ਦਾ ਰਿਸ਼ਤੇਦਾਰ ਜਾਂ ਕੋਈ ਮੀਡੀਆ ਕਰਮੀ ਜਾਂ ਕੋਈ ਅਦਰ ਪਰਸਨ ਕੋਈ ਮੋਹਤਬਾਰ ਬੰਦਾ ਸਵਾਲ ਕਰਦਾ ਹੈ ਪੁਲਿਸ ਨੂੰ, ਤਾਂ ਸਿਰਫ ਇਹੀ ਜਵਾਬ ਮਿਲਦਾ ਹੈ ਵੀ ਜਾਂਚ ਕਰ ਰਹੇ ਆ, ਠੀਕ ਆ, ਜਲਦ ਹੀ ਜਿਹੜਾ ਬੱਚਾ ਆ ਉਹ ਮਾਂ ਪਿਓ ਦੇ ਹਵਾਲੇ ਕਰ ਦਾਂਗੇ, ਬਸ ਇਹੀ ਸੁਣਨ ਦੇ ਵਿੱਚ ਮਿਲ ਰਿਹਾ ਹੈ। ਜੀ ਜੀ ਬਹੁਤ ਬਹੁਤ ਧੰਨਵਾਦ ਜੀ। ਸੁਣਿਆ ਤੁਸੀਂ ਰਿੰਪਲ ਗੋਲਨ ਜਾਣਕਾਰੀ ਸਾਂਝੀ ਕਰ ਰਹੇ ਸੀ। ਇਹ ਤਸਵੀਰਾਂ ਵੀ ਤੁਹਾਨੂੰ ਦਿਖਾ ਰਹੇ ਹਾਂ ਜਿੱਥੇ ਕਿ ਪਿਤਾ ਆਪਣੇ ਮੋਟਰਸਾਈਕਲ ਤੇ ਲਿਜਾਂਦਾ ਹੋਇਆ ਨਜ਼ਰ ਆ ਰਿਹਾ। ਰਾਏ ਸਿਆਣਾ ਦਾ ਪਰਿਵਾਰ ਹੈ ਜਿਸ ਦੇ ਨਾਲ ਇਹ ਘਟਨਾ ਵਾਪਰੀ ਆ। ਦੱਸਿਆ ਜਾ ਰਿਹਾ ਕਿ ਜਿਹੜਾ ਇਸ ਬੱਚੇ ਦਾ ਪਿਤਾ ਹੈ ਉਹ ਆਪਣੇ ਬੱਚੇ ਸਮੇਤ ਨਤਮਸਤਕ ਹੋਣ ਦੇ ਲਈ ਜਾ ਰਿਹਾ ਸੀ, ਤਾਂ ਇਸੇ ਦੌਰਾਨ ਇਹ ਘਟਨਾ ਵਾਪਰ ਜਾਂਦੀ ਹੈ। ਰਸਤੇ ਦੇ ਵਿੱਚ ਲੁਟੇਰੇ ਖੜ੍ਹੇ ਹੁੰਦੇ ਨੇ ਅਤੇ ਉਹ ਹਥਿਆਰ ਦੀ ਨੋਕ ਦੇ ਨਾਲ ਪਹਿਲਾਂ ਪੈਸੇ ਅਤੇ ਮੋਬਾਈਲ ਲੁੱਟਦੇ ਨੇ ਅਤੇ ਉਸ ਤੋਂ ਬਾਅਦ ਮਾਸੂਮ ਬੱਚੇ ਨੂੰ 3 ਸਾਲ ਦੇ ਨੂੰ ਅਗਵਾ ਕਰਕੇ ਉੱਥੋਂ ਫਰਾਰ ਹੋ ਜਾਂਦੇ ਨੇ। ਹੁਣ ਤੱਕ ਪੁਲਿਸ ਦੇ ਹੱਥ ਇਸ ਘਟਨਾ ਦੇ ਬਾਰੇ ਖਾਲੀ ਨੇ, ਹਜੇ ਤੱਕ ਬੱਚੇ ਦੀ ਭਾਲ ਨਹੀਂ ਹੋ ਸਕੀ ਅਤੇ ਪੀੜਿਤ ਪਰਿਵਾਰ ਆ ਜਿਹੜਾ ਇਨਸਾਫ ਦੀ ਮੰਗ ਕਰਿਆ ਅਤੇ ਸਦਮੇ ਦੇ ਵਿੱਚ ਆ ਅਤੇ ਪਰਿਵਾਰ ਦਾ ਰੋ ਰੋ ਬੁਰਾ ਹਾਲ ਆ। ਇਸ ਘਟਨਾ ਬਾਰੇ ਪਰਿਵਾਰਕ ਮੈਂਬਰਾਂ ਦਾ ਕੀ ਕਹਿਣਾ ਹੈ ਉਹ ਵੀ ਸੁਣੋ। ਘਰੋਂ ਬਾਬੇ ਦੇ ਗਏ, ਇੱਥੋਂ ਦੇ ਗੁਰਪੁਰੀ ਬਾਬੇ ਦੇ ਸਜਾੜੀ ਸਾਹਿਬ। ਹਾਂਜੀ ਹਾਂਜੀ। ਤੇ ਫਿਰ ਤੁਹਾਨੂੰ ਕਿਦਾਂ ਘਟਨਾ ਦਾ ਪਤਾ ਲੱਗਾ? ਸਾਨੂੰ ਉੱਥੋਂ ਨਾ ਨਨਾਣ ਆ ਸਾਡੀ, ਉਹਨਾਂ ਨੇ ਨੂੰਹ ਨੇ ਫੋਨ ਕੀਤਾ ਵਾ ਵੀ ਇਤਰਾ ਕਰਕੇ ਮਾਮੀ ਜੀ ਮਾਮੇ ਕੋ ਬੱਚਾ ਹੋ ਗਿਆ। ਮੰਮਾ ਮੈਂ ਜੋ ਬਾਸ ਨਹੀਂ ਦਾ ਮੰਮਾ
ਮਾਤਾ ਜੀ ਕੀ ਤੁਹਾਡਾ ਕਿਸੇ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਜਾਂ ਕਿਵੇਂ ਦੇਖਦੇ ਹੋ ਘਟਨਾ ਤੁਹਾਡੀ ਕਿਸੇ ਨਾਲ ਕੋਈ ਲਾਗ ਡਾਡ ਹੋ ਗਿਆ ਜੀ ਨਾ ਕੁਛ ਨਹੀਂ ਬਿਲਕੁਲ ਨਹੀਂ ਹੈਗੀ ਲੜ ਕਿਸੇ ਲੜੀ ਹੈਗੀ ਸਾਡੀ ਕੀ ਮੰਗ ਕਰਦੇ ਜੋ ਸਰਕਾਰ ਕੋਲੋਂ ਪ੍ਰਸ਼ਾਸਨ ਕੋਲੋਂ ਇਹੋ ਹੀ ਸਾਡਾ ਬੱਚਾ ਮਿਲਣਾ ਚਾਹੀਦਾ ਸਾਨੂੰ ਘਰੋਂ ਆਪਣੇ ਫਾਦਰ ਸਾਹਿਬ ਨਾਲ ਗਿਆ ਸੀ ਆਪਣੀ ਭੂਆ ਕੋਲ ਮਤਲਬ ਉਹਦੇ ਫਾਦਰ ਸਾਹਿਬ ਦੀ ਸਿਸਟਰ ਸੀ ਬਿੱਲਿਆਂ ਪਿੰਡ ਉੱਥੇ ਜਾ ਰਹੇ ਸੀ ਰਾਤ ਕੋਈ ਕਰੀਬ 7:30 ਵਜੇ ਦਾ ਟਾਈਮ ਸੀ ਉੱਥੇ ਰਸਤੇ ਵਿੱਚ ਹੀ ਰਾਲ ਚਾਲ ਪਿੰਡ ਦੇ ਲਾਗੇ ਉਹਨਾਂ ਨੂੰ ਲੁਟੇਰੇ ਪਏ ਆ ਪਹਿਲਾਂ ਤਾਂ ਮੋਬਾਈਲ 'ਤੇ ਪੈਸੇ ਖੋਏ ਆ ਮੁੜ ਕੇ ਵਿੱਚੋਂ ਇੱਕ ਨੇ ਕਿਹਾ ਵੀ ਬੱਚਾ ਵੀ ਚੁੱਕ ਲਓ ਜੀ ਅਤੇ 3 ਸਾਲ ਦਾ ਬੱਚਾ ਆਪਣੇ ਫਾਦਰ ਸਾਹਿਬ ਦੇ ਹੱਥਾਂ 'ਚ ਖੋ ਕੇ ਲੈ ਗਿਆ ਸੀ ਕੀ ਲੱਗਦਾ ਇਹ ਘਟਨਾ ਦੇ ਪਿੱਛੇ ਕਿਵੇਂ ਦੇਖਦੇ ਹੋ ਕੋਈ ਪਰਿਵਾਰ ਦੀ ਕੋਈ ਪੁਰਾਣੀ ਰੰਜਿਸ਼ ਹੈ ਜਾਂ ਕੁਛ ਨਹੀਂ ਬੜਾ ਸਧਾਰਨ ਜਿਹਾ ਅਤੇ ਮਤਲਬ ਕਿਸੇ ਨਾਲ ਕੋਈ ਵੈਰ ਵਿਰੋਧ ਨਹੀਂ ਇਸ ਪਰਿਵਾਰ ਦਾ ਕੋਈ ਇਹੋ ਜਿਹੀ ਕੋਈ ਘਟਨਾ ਨਹੀਂ ਆਈ ਕਿਸੇ ਨਾਲ ਕੋਈ ਇਹਨਾਂ ਦਾ ਵੈਰ ਵਿਰਾਧ ਹੋਵੇ ਪਿੰਡ 'ਚ ਵੀ ਕਦੀ ਕਿਸੇ ਨਾਲ ਕੋਈ ਇਹਨਾਂ ਦੀ ਗੱਲਬਾਤ ਨਹੀਂ ਹੋਈ ਇਸ ਦੇ ਪਿੱਛੇ ਲੁਟੇਰਿਆਂ ਦਾ ਕੋਈ ਇਹੋ ਜਿਹਾ ਜਾਂ ਕਿਡਨੈਪਿੰਗ ਵਾਲਿਆਂ ਦਾ ਕੋਈ ਪਰਸਨਲੀ ਰੰਜਿਸ਼ ਦਾ ਨਹੀਂ ਲੱਗਦਾ ਵੀ ਕੋਈ ਕਾਰਨ ਕਿਵੇਂ ਦੇਖਦੇ ਜੋ ਕਾਨੂੰਨ ਵਿਵਸਥਾ ਦੀ ਸਥਿਤੀ ਨੂੰ ਪੰਜਾਬ ਦੇ ਵਿੱਚ ਬਹੁਤ ਬੁਰਾ ਹਾਲ ਜੀ ਹੋ ਗਿਆ ਲੁੱਟਾਂ ਖੋਹਾਂ ਤਾਂ ਚਲੋ ਹੁੰਦੀਆਂ ਸੀ ਪੈਸੇ ਲੈ ਗਿਆ ਵੀ ਬੰਦਾ ਜਲ ਲੈਂਦਾ ਪਰ ਆਹ ਜਿਹੜਾ ਬੱਚੇ ਦਾ ਅਤੇ ਇੱਕ ਸਕਿੰਟ ਵੀ ਕੱਢਣਾ ਮਾਮਲਾ ਬਾਪੀ ਔਖਾ ਜੀ ਬਹੁਤ ਹੀ ਬੁਰਾ ਹਾਲ ਆ ਜੀ ਲਾ ਐਂਡ ਆਰਡਰ ਇਹੋ ਜਿਹੀਆਂ ਘਟਨਾ ਜਿਹੜੀਆਂ ਬਹੁਤ ਨਿੰਦਣਯੋਗ ਆ ਇਹਨਾਂ ਘਟਨਾਵਾਂ ਦੇ ਉੱਤੇ ਜਿਹੜੀ ਆ ਰੋਕ ਲੱਗਣੀ ਚਾਹੀਦੀ ਆ ਸਾਡੀ ਸਰਕਾਰ ਨੂੰ ਇਹੋ ਅਪੀਲ ਆ ਬੇਨਤੀ ਆ ਕਿ ਇਹੋ ਜਿਹਾ ਬੰਦਿਆਂ ਨੂੰ ਫੜ ਕੇ ਇਹੋ ਜਿਹੀ ਨੱਥ ਪਾਈ ਜਾਵੇ ਤਾਂ ਜੋ ਗਾਂਹ 'ਤੇ ਇਹੋ ਜਿਹੀਆਂ ਘਟਨਾਵਾਂ ਨਾ ਆਉਣ ਜਿਹੜੀ ਮਾਤਾ ਦਾ ਜਾਂ ਜਿਹੜੇ ਪਰਿਵਾਰ ਦਾ ਅੱਜ ਬੇਟਾ ਇਸ ਤਰ੍ਹਾਂ ਹੋਇਆ ਵਾ ਅੱਜ ਚੁੱਕਿਆ ਗਿਆ ਵਾ ਉਹਨਾਂ ਦਾ ਰਾਤ ਦਾ ਰੋ ਰੋ ਕੇ ਬਹੁਤ ਬੁਰਾ ਹਾਲ ਹੋਣ ਡਿਆ ਅਸੀਂ ਪ੍ਰਸ਼ਾਸਨ ਤੋਂ ਵੀ ਇਹੋ ਮੰਗ ਕਰਦੇ ਹਾਂ ਕਿ ਇਸ ਘਟਨਾ ਦਾ ਛੇਤੀ ਤੋਂ ਛੇਤੀ ਕੋਈ ਹੱਲ ਲੱਭਿਆ ਜਾਵੇ